ਵਿਰੋਧੀਆਂ ਵੱਲੋਂ ਕਿਹਾ ਜਾਂਦਾ ਕਿ ਕਾਂਗਰਸ ਖਤਮ ਹੋ ਗਈ ਹੈ, ਕੋਈ ਅਸਤਿਤਵ ਨਹੀਂ ਰਿਹਾ, ਹੈ ਨਾ, ਅਤੇ ਉਹਨਾਂ ਨੇ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਖੜਾਇਆ, ਆਨੰਦਪੁਰ ਸਾਹਿਬ ਤੋਂ ਵਿਜੇਇੰਦਰ ਸਿੰਗਲਾ ਨੂੰ ਟਿਕਟ ਦਿੱਤੀ ਹੈ, ਜਿਹੜੇ ਕਿ ਸੰਗਰੂਰ ਦੇ ਵਿੱਚ ਜਿਨ੍ਹਾਂ ਦਾ ਦਬਦਬਾ ਹੈ, ਮਤਲਬ ਉਹਨਾਂ ਨੇ ਸੀਟਾਂ ਦੀ ਉਲਟ ਫੇਰ ਕੀਤੀ ਹੈ, ਅਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਕਾਂਗਰਸ ਨੇ ਗਲਤੀ ਕੀਤੀ ਹੈ, ਅਤੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਨੁਕਸਾਨ ਹੋਏਗਾ ਕਾਂਗਰਸ ਨੂੰ। ਅਤੇ ਜਿਵੇਂ ਅੱਜ ਰਾਹੁਲ ਗਾਂਧੀ ਨੇ ਵੀ ਨਾਮਜ਼ਦਗੀ ਪੱਤਰ ਭਰਿਆ, ਹੈ ਨਾ, ਉਹਨਾਂ ਨੂੰ ਕਿਆਸ ਲਗਾਏ ਜਾ ਰਹੇ ਸੀ ਕਿ ਉਹ ਅਮੇਠੀ ਤੋਂ ਲੜਨਗੇ ਚੋਣਾਂ, ਲੇਕਿਨ ਰਾਏ ਬਰੇਲੀ ਤੋਂ ਉਹ ਚੋਣਾਂ ਲੜ ਰਹੇ ਨੇ, ਪਹਿਲਾਂ ਵਾਇਨਾਡ ਤੋਂ ਜਿੱਤ ਚੁੱਕੇ ਨੇ। ਤਾਂ ਕਿੱਦਾਂ ਲੱਗਦਾ ਕਿ ਕਾਂਗਰਸ ਵੱਲੋਂ ਸੀਟਾਂ ਦੀ ਉਲਟ ਫੇਰ ਕਿਉਂ ਕੀਤੀ ਜਾ ਰਹੀ ਹੈ, ਅਤੇ ਕਿਤੇ ਨਾ ਕਿਤੇ ਕਾਂਗਰਸ ਨੂੰ ਖਾਮਿਆਜ਼ਾ ਭੁਗਤਣਾ ਪੈ ਸਕਦਾ ਇਹਦਾ? ਇੱਕ ਚੀਜ਼ ਨਾ, ਤੁਸੀਂ ਅਮੇਠੀ ਅਤੇ ਰਾਏ ਬਰੇਲੀ ਦੀ ਗੱਲ ਕੀਤੀ, ਤਾਂ ਪਿਛਲੀ ਵਾਰ 99 ਦੇ ਵਿੱਚ ਸੀਟ ਚੇਂਜ ਕੀਤੀ ਸੀ ਅਤੇ 2004 ਦੇ ਵਿੱਚ ਉਹਨਾਂ ਦੀ ਸਰਕਾਰ ਆ ਗਈ ਸੀ। ਸ਼ਾਇਦ ਇਹ ਹੋ ਸਕਦਾ ਕਿ ਦੁਬਾਰਾ ਉਹੀ ਚੀਜ਼, ਸੋਨੀਆ ਗਾਂਧੀ ਨੇ ਹੀ ਆਪਣੀ ਜਿਹੜੀ ਸੀਟ ਹੈ ਜਿਹੜੀ ਉਹ ਚੇਂਜ ਕੀਤੀ ਸੀ। ਰਾਏ ਬਰੇਲੀ ਅਤੇ ਅਮੇਠੀ ਜਿਹੜੀਆਂ ਕਾਂਗਰਸ ਦਾ ਗੜ੍ਹ ਮੰਨੀਆਂ ਜਾਂਦੀਆਂ ਨੇ, ਇੱਥੋਂ ਸੰਜੇ ਗਾਂਧੀ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਹੁਰੀ, ਰਾਹੁਲ ਗਾਂਧੀ, ਸਾਰਾ ਜਿਹੜਾ ਗਾਂਧੀ ਪਰਿਵਾਰ ਹੈ, ਦੋਵੇਂ ਸੀਟਾਂ 'ਤੇ ਵਾਰੋ ਵਾਰੀ ਲੜਦਾ ਰਿਹਾ। ਪਿਛਲੀਆਂ ਜਿਹੜੀਆਂ ਵੋਟਾਂ ਪੈਂਦੀਆਂ ਰਹੀਆਂ ਨੇ, ਸੋਨੀਆ ਗਾਂਧੀ ਤਾਂ ਜਿਹੜੀਆਂ 4 'ਚ ਵੀ ਜਿੱਤੇ, 9 ਚ ਵੀ ਜਿੱਤੇ, 14 'ਚ ਵੀ, 19 'ਚ ਵੀ, 99 'ਚ ਵੀ ਜਿੱਤੇ, ਅਤੇ ਇਸ ਵਾਰ ਜਿਹੜੀ ਰਾਹੁਲ ਗਾਂਧੀ ਲਈ ਉਹਨਾਂ ਨੇ ਸੀਟ ਛੱਡ ਦਿੱਤੀ ਹੈ, ਅਤੇ ਜਿਹੜਾ ਰਾਹੁਲ ਗਾਂਧੀ ਹੋਰੀ 4 'ਚ ਜਿੱਤੇ, 14 'ਚ ਜਿੱਤੇ ਅਤੇ 9 ਦੇ ਵਿੱਚ ਵੀ ਜਿੱਤੇ, ਅਤੇ ਜਿਹੜੇ ਸਮ੍ਰਿਤੀ ਇਰਾਨੀ ਤੋਂ 2019 ਦੇ ਵਿੱਚ ਉਹ ਹਾਰੇ ਨੇ। ਅਤੇ ਜਦੋਂ ਸਮ੍ਰਿਤੀ ਇਰਾਨੀ 2014 ਦੇ ਵਿੱਚ ਐਂਟਰੀ ਕਰਦੇ ਆ ਤਾਂ ਉਹਨਾਂ ਦਾ ਚੰਗਾ ਮੁਕਾਬਲਾ ਦੇਖਣ ਨੂੰ ਜ਼ਰੂਰ ਮਿਲਿਆ ਸੀ, ਪਰ ਇੱਕ ਮੇਰੇ ਖਿਆਲ ਦੇ ਨਾਲ 1 ਲੱਖ ਵੋਟਾਂ ਤੋਂ ਵੱਧ ਦਾ ਅੰਤਰ ਸੀ ਦੋਵਾਂ ਦੇ ਵਿੱਚ। ਪਰ ਅਗਲੀ ਵਾਰ 2019 ਦੇ ਵਿੱਚ 50,000 ਤੋਂ ਵੱਧ ਵੋਟਾਂ ਦੇ ਨਾਲ ਰਾਹੁਲ ਗਾਂਧੀ ਨੂੰ ਹਰਾਉਣ ਦੇ ਵਿੱਚ ਕਾਮਯਾਬ ਰਹੇ। ਇਹ ਉੱਚਲੇ ਲੈਵਲ ਦੀ ਗੱਲ ਹੈ, ਦੇਸ਼ ਪੱਧਰ ਦੀ ਲੈਵਲ ਦੀ ਗੱਲ ਹੈ, ਹਾਈਕਮਾਂਡ ਦੀ ਗੱਲ ਹੈ ਕਿ ਇਹ ਉਹੀ ਦੱਸ ਸਕਦੇ ਨੇ ਕਿ ਕਿਉਂ ਸੀਟਾਂ ਚੇਂਜ ਕੀਤੀਆਂ ਜਾ ਰਹੀਆਂ ਨੇ। ਪਰ ਬਤੌਰ ਜੇਕਰ ਤੁਸੀਂ ਵਿਜੇਂਦਰ ਸਿੰਗਲਾ ਦੀ ਗੱਲ ਕੀਤੀ ਤਾਂ ਵਿਜੇਂਦਰ ਸਿੰਗਲਾ ਜਿਹੜੇ MP ਬਣੇ ਸੀ ਸੰਗਰੂਰ ਤੋਂ, ਉਹਨਾਂ ਦਾ ਸੰਗਰੂਰ ਦੇ ਵਿੱਚ ਜਿਹੜਾ ਵੱਧ ਆਧਾਰ ਹੈ ਅਨੰਦਪੁਰ ਸਾਹਿਬ ਦੇ ਮੁਕਾਬਲੇ, ਅਤੇ ਅਨੰਦਪੁਰ ਸਾਹਿਬ ਦੇ ਮੁਕਾਬਲੇ ਇਸ ਦੇ ਵਿੱਚ 2 ਰਾਮਾਂ ਨਹੀਂ ਕਿ ਸੰਗਰੂਰ ਤੋਂ ਉਹ ਵਧੀਆ ਕੈਂਡੀਡੇਟ ਹੋ ਸਕਦੇ ਸੀ। ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਭਲੱਥ ਤੋਂ ਲਿਆ ਕੇ, ਭਲੱਥ ਤੋਂ ਉਹ ਵਿਧਾਇਕ ਨੇ, ਅਤੇ ਇਸ ਪਾਸੇ ਸੰਗਰੂਰ ਵਾਲੀ ਸਾਈਡ ਖੜ੍ਹਾ ਕਰ ਦਿੱਤਾ ਗਿਆ। ਇਸੇ ਤਰੀਕੇ ਦੇ ਨਾਲ ਰਾਜਾ ਵੜਿੰਗ ਨੇ, ਜਿਹੜੇ ਰਾਜਾ ਵੜਿੰਗ ਬਠਿੰਡਾ ਤੋਂ ਚੰਗੇ ਕੈਂਡੀਡੇਟ ਹੋ ਸਕਦੇ ਸੀ, ਹਾਲਾਂਕਿ ਉਹਨਾਂ ਦੇ ਵਿਰੋਧੀ ਇਲਜ਼ਾਮ ਵੀ ਲਾਉਂਦੇ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਇੱਕਮਿੱਕ ਹੋ ਕੇ ਇਸ ਸੀਟ ਨੂੰ ਅਕਾਲੀ ਦਲ ਲਈ ਛੱਡ ਦਿੱਤਾ ਹੈ, ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਆ। ਇਹ ਇਲਜ਼ਾਮ ਤਾਂ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਹੀ ਦੱਸ ਸਕਦੀ ਹੈ ਕਿ ਇਹਨਾਂ ਦੇ ਵਿੱਚ ਸੱਚਾਈ ਕਿੰਨੀ ਆ, ਪਰ ਇਹਦੇ ਵਿੱਚ ਕੋਈ ਦੌਰ ਆਮਾ ਨਹੀਂ ਕਿ ਪਿਛਲੀ ਵਾਰ 2019 ਦੀ ਚੋਣ ਦੇ ਵਿੱਚ ਰਾਜਾ ਵੜਿੰਗ ਨੇ ਹਰਸਿਮਰਤ ਕੌਰ ਬਾਦਲ ਨੂੰ ਚੰਗੀ ਟੱਕਰ ਦਿੱਤੀ ਸੀ, ਅਤੇ ਇਸ ਦੇ ਨਤੀਜੇ ਕਾਰਨ ਅਤੇ ਉਹਨਾਂ ਦੀ ਪਤਨੀ ਵੀ ਲਗਾਤਾਰ ਬਠਿੰਡਾ ਦੇ ਵਿੱਚ ਵਿਚਰਦੇ ਨਜ਼ਰ ਆ ਰਹੇ ਸੀ। ਪਰ ਅਚਾਨਕ ਕੀ ਹੁੰਦਾ ਕਿ ਨਾ ਹੀ ਉਹਨਾਂ ਦੀ ਪਤਨੀ ਨੂੰ ਟਿਕਟ ਮਿਲਦੀ ਹੈ ਅਤੇ ਰਾਜਾ ਵੜਿੰਗ ਨੂੰ ਖੁਦ ਵੀ ਲੁਧਿਆਣੇ ਭੇਜ ਦਿੱਤਾ ਜਾਂਦਾ। ਇਹਦਾ ਜਵਾਬ ਤਾਂ ਜਿਹੜਾ ਕਾਂਗਰਸ ਪਾਰਟੀ ਹੀ ਵਧੀਆ ਤਰੀਕੇ ਨਾਲ ਦੇ ਸਕਦੀ ਹੈ, ਪਰ ਰਾਜਾ ਵੜਿੰਗ ਬਠਿੰਡਾ ਤੋਂ ਜ਼ਿਆਦਾ ਚੰਗੇ ਕੈਂਡੀਡੇਟ ਸੀ ਲੁਧਿਆਣੇ ਦੀ ਬਜਾਏ, ਵਿਜੇਂਦਰ ਸਿੰਗਲਾ ਅਨੰਦਪੁਰ ਸਾਹਿਬ ਤੋਂ ਇਲਾਵਾ ਜਿਹੜੇ ਸੰਗਰੂਰ ਤੋਂ ਜ਼ਿਆਦਾ ਚੰਗੇ ਕੈਂਡੀਡੇਟ ਸੀ। ਪਰ ਇਹ ਕਾਂਗਰਸ ਦੀ ਪੁਰਾਣੀ ਆਦਤ ਰਹੀ ਹੈ, ਪੁਰਾਣੀ ਸਕੀਮ ਰਹੀ ਹੈ, ਜਿਸ ਤਰ੍ਹਾਂ ਤੁਸੀਂ ਮਨੀਸ਼ ਤਿਵਾਰੀ ਲਾ ਲਓ, ਚੰਡੀਗੜ੍ਹ ਦੇ ਨਾਲ ਸੰਬੰਧਿਤ ਨੇ, ਉਹ ਪਿਛਲੀ ਵਾਰ ਅਨੰਦਪੁਰ ਸਾਹਿਬ ਤੋਂ MP ਸੀ, ਉਸ ਤੋਂ ਪਹਿਲਾਂ 2009 ਦੇ ਵਿੱਚ ਉਹ ਲੁਧਿਆਣਿਆਂ ਤੋਂ MP ਰਹੇ ਨੇ, ਇਸ ਵਾਰ ਉਹ 2024 ਦੀ ਇਲੈਕਸ਼ਨ ਦੇ ਵਿੱਚ ਚੰਡੀਗੜ੍ਹ ਤੋਂ ਵਾਪਸ ਆਏ ਨੇ ਅਤੇ ਚੰਡੀਗੜ੍ਹ ਨਾਲ ਸੰਬੰਧਿਤ ਨੇ, ਇੱਥੇ ਰਹਿੰਦੇ ਰਹਿੰਦੇ ਰਹੇ ਨੇ ਅਤੇ ਇਸ ਇਲਾਕੇ ਦੇ ਨਾਲ ਸੰਬੰਧਿਤ ਮੰਨੇ ਜਾਂਦੇ ਨੇ, ਅਤੇ ਚੰਡੀਗੜ੍ਹ ਤੋਂ ਟਿਕਟ ਦਿੱਤੀ ਗਈ ਹੈ। ਅਤੇ ਇਸੇ ਤਰੀਕੇ ਦੇ ਨਾਲ
ਲੁਧਿਆਣੇ ਦੇ ਨਾਲ ਸੰਬੰਧਿਤ ਸੀ ਰਵਨੀਤ ਸਿੰਘ ਬਿੱਟੂ ਹੁਰੀ, ਅਤੇ ਉਹਨਾਂ ਨੂੰ 2009 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਗਈ ਅਤੇ ਉਹ ਜਿੱਤਣ ਦੇ ਵਿੱਚ ਵੀ ਕਾਮਯਾਬ ਰਹੇ। ਅਨੰਦਪੁਰ ਸਾਹਿਬ ਦੇ ਵਿੱਚ ਲਗਾਤਾਰ ਕਾਂਗਰਸ ਵੱਲੋਂ ਚੌਥਾ ਜਿਹੜਾ ਕੈਂਡੀਡੇਟ ਆ ਉਹ ਬਾਹਰੋਂ ਲਿਆ ਕੇ ਖੜਾ ਕੀਤਾ ਗਿਆ, ਅਤੇ ਉਹਨਾਂ ਦੇ ਵਿੱਚੋਂ ਰਵਨੀਤ ਬਿੱਟੂ ਜਿੱਤਣ ਦੇ ਵਿੱਚ ਕਾਮਯਾਬ ਰਹੇ ਆ, ਮਨੀਸ਼ ਤਿਵਾਰੀ ਜਿੱਤਣ ਦੇ ਵਿੱਚ ਕਾਮਯਾਬ ਰਹੇ ਆ। ਤਾਂ ਇਸ ਵਾਰ ਦੇਖਣਾ ਹੋਵੇਗਾ ਕਿ ਬਜਿੰਦਰ ਸਿੰਗਲਾ ਜਿਹੜੇ ਉਹ ਆਪਣਾ ਜਿਹੜਾ ਵਜੂਦ ਬਣਾ ਪਾਉਣਗੇ, ਕਿਉਂਕਿ ਉੱਥੋਂ ਕਈ ਕੈਂਡੀਡੇਟ ਸੀਗੇ, ਵਿਧਾਇਕ ਅੰਗਦ ਹੁਰੀ ਵੀ ਚੋਣ ਮੈਦਾਨ ਦੇ ਵਿੱਚ ਸੀ, ਉਹ ਵੀ ਟਿਕਟ ਦੀ ਮੰਗ ਕਰ ਰਹੇ ਸੀ, ਅਤੇ ਬਲਵੀਰ ਹੁਰੀ ਵੀ ਕਰ ਰਹੇ ਸੀ ਕਿ ਸਾਨੂੰ ਟਿਕਟ ਮਿਲਣੀ ਚਾਹੀਦੀ ਹੈ, ਕਿਉਂਕਿ ਜਿਹੜੇ ਪੁਰਾਣੇ ਆਗੂ ਨੇ, ਸਾਬਕਾ ਵਿਧਾਇਕ ਨੇ ਜਾਂ ਮੰਤਰੀ ਨੇ, ਉਹ ਲਗਾਤਾਰ ਟਿਕਟ ਦੀ ਮੰਗ ਕਰ ਰਹੇ ਸੀ ਅਨੰਦਪੁਰ ਸਾਹਿਬ ਤੋਂ। ਹੁਣ ਉਹਨਾਂ ਵਿਅਕਤੀਆਂ ਨੂੰ ਨਾਲ ਲੈ ਕੇ ਜਾਣਾ ਅਤੇ ਵਰਕਰਾਂ ਨੂੰ ਨਾਲ ਲੈ ਕੇ ਜਾਣਾ ਵਜਿੰਦਰ ਸਿੰਗਲਾ ਲਈ ਵੱਡਾ ਮੁਕਾਬਲਾ ਹੋ ਸਕਦਾ। ਵਜਿੰਦਰ ਸਿੰਗਲਾ ਦਾ ਮੰਨਿਆ ਜਾਂਦਾ ਕਿ ਸੰਗਰੂਰ ਦੇ ਵਿੱਚ ਬਹੁਤ ਵੱਡੇ ਕੰਮ ਕੀਤੇ ਗਏ ਨੇ, ਕਿ ਜਦੋਂ ਸੰਗਰੂਰ ਦੇ ਵਿੱਚ ਕੰਮ ਹੋਏ ਨੇ ਤਾਂ ਉਹ ਬਤੌਰ MP ਵਜਿੰਦਰ ਸਿੰਗਲਾ ਨੇ ਬਹੁਤ ਵੱਡੇ ਲੈਵਲ 'ਤੇ ਕੀਤੇ ਆ, ਇਹ ਮੰਨਿਆ ਜਾਂਦਾ, ਭਾਵੇਂ ਉਹਨਾਂ ਦਾ ਕੋਈ ਵਿਰੋਧੀ ਹੀ ਕਿਉਂ ਨਾ ਹੋਵੇ। ਪਰ ਹੁਣ ਅਨੰਦਪੁਰ ਸਾਹਿਬ ਦੇ ਵਿੱਚ ਉਹ ਆਪ ਨਵੇਂ ਨੇ, ਅਤੇ ਉਹ ਕਿਸ ਤਰ੍ਹਾਂ ਇਸ ਚੀਜ਼ਾਂ ਨੂੰ ਸਾਰੀਆਂ ਨੂੰ ਅੱਗੇ ਲੈ ਕੇ ਜਾਣਗੇ, ਦੇਖਣ ਵਾਲਾ ਦਿਲਚਸਪ ਮੁਕਾਬਲਾ। ਅਤੇ ਦੂਜੀ ਗੱਲ, ਤੁਸੀਂ ਲੁਧਿਆਣਾ ਦੀ ਕੀਤੀ ਸੀ, ਜਿੱਥੇ ਰਵਨੀਤ ਸਿੰਘ ਬਿੱਟੂ ਹੁਰੀ ਬੈਕ ਟੂ ਬੈਕ ਦੋ ਵਾਰ MP ਬਣੇ ਆ, ਅਤੇ ਦੋ ਵਾਰ MP ਬਣਨ ਤੋਂ ਬਾਅਦ ਉਹ ਅਚਾਨਕ ਕੁਝ ਦਿਨ ਪਹਿਲਾਂ ਤੱਕ ਕਾਂਗਰਸੀ ਸੀ। ਰਾਜਾ ਬੜਿੰਗ ਅਤੇ ਰਵਨੀਤ ਸਿੰਘ ਬਿੱਟੂ ਹੁਰੀ ਸਟੇਜ ਵੀ ਸ਼ੇਅਰ ਕਰਦੇ ਰਹੇ ਆ, ਅਤੇ ਅੱਜ ਕੱਲ੍ਹ ਉਹ ਇੱਕ ਦੂਜੇ ਦੇ ਵਿਰੁੱਧ ਵੀ ਬੋਲ ਰਹੇ ਆ। ਅਤੇ ਹੁਣ ਦੇਖਣਾ ਇਹ ਹੈ ਕਿ ਕਾਂਗਰਸ ਦੀ ਪੱਕੀ ਵੋਟ ਰਾਜਾ ਬੜਿੰਗ ਨੂੰ ਜਿੱਤਾ ਪਾਉਂਦੀ ਹੈ, ਕਿੰਨੀਆਂ ਕੁ ਵੋਟਾਂ ਕਾਂਗਰਸ ਦੀਆਂ ਤੋੜ ਪਾਉਂਦੇ ਨੇ। ਅਤੇ ਦਾਅਵੇ BJP ਵੱਲੋਂ ਇਹ ਕੀਤੇ ਜਾ ਰਹੇ ਨੇ ਕਿ ਕਹਿੰਦੇ ਕਿ ਅਸੀਂ ਐਤਕੀ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਤੋਂ ਟੱਪ ਕੇ ਕਹਿੰਦੇ ਅਸੀਂ ਲੁਧਿਆਣੇ ਤੱਕ ਪਹੁੰਚ ਗਏ, ਅਤੇ ਲੁਧਿਆਣੇ ਦੇ ਵਿੱਚੋਂ ਵੀ ਅਸੀਂ ਜਿੱਤਾਂਗੇ ਰਵਨੀਤ ਬਿੱਟੂ ਦੇ ਸਹਾਰੇ। ਇਹ ਤਾਂ ਹੁਣ, ਕਿਉਂਕਿ ਰਵਨੀਤ ਬਿੱਟੂ 2009 ਦੇ ਵਿੱਚ ਅਨੰਦਪੁਰ ਸਾਹਿਬ ਤੋਂ MP ਸੀ, 14 ਦੇ ਵਿੱਚ ਲੁਧਿਆਣੇ ਤੋਂ, ਅਤੇ ਫਿਰ 19 ਦੇ ਵਿੱਚੋਂ ਵੀ ਲਗਾਤਾਰ ਹੈਟ੍ਰਿਕ ਬਤੌਰ MP ਲਾ ਚੁੱਕੇ ਨੇ। ਅਤੇ ਇਸ ਵਾਰ ਉਹਨਾਂ ਦੀ ਸੀਟ ਦੇ ਤੌਰ 'ਤੇ ਹੈਟ੍ਰਿਕ ਲੱਗਦੀ ਹੈ ਜਾਂ ਨਹੀਂ, ਇਹ ਤਾਂ ਦੇਖਣ ਵਾਲਾ ਲੋਕ ਹੀ ਦੱਸ ਸਕਦੇ ਆ ਕਿ ਉਹਨਾਂ ਦਾ ਮੂਡ ਕਿਸ ਤਰ੍ਹਾਂ ਦਾ, ਕਿਉਂਕਿ ਰਾਜਾ ਬੜਿੰਗ ਨੂੰ ਵੀ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਕਾਂਗਰਸ ਦੀ ਵੱਡੀ ਟਿਕਟ ਕਾਂਗਰਸ ਦੇ ਮੌਜੂਦਾ ਪ੍ਰਧਾਨ ਨੇ, ਅਤੇ ਨਾਲ ਹੀ ਜਿਹੜੀ ਪੱਕੀ ਵੋਟ ਬੈਂਕ ਆ ਕਾਂਗਰਸ ਦੀ ਉਹ ਵੀ ਹੈ। ਅਤੇ ਦੂਜੇ ਪਾਸੇ ਜਿਹੜੇ ਅਸ਼ੋਕ ਪੱਪੀ ਨੇ, ਉਹ ਵੀ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਰਹੇ ਆ, ਅਤੇ ਉਹ 2022 ਦੀਆਂ ਇਲੈਕਸ਼ਨ ਤੋਂ ਥੋੜ੍ਹਾ ਸਮਾਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ। ਤਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਲੁਧਿਆਣੇ ਦੇ ਵਿੱਚ 3 ਕਾਂਗਰਸੀ ਆਹਮਣੋ ਸਾਹਮਣੇ ਨੇ, ਅਤੇ ਅਸ਼ੋਕ ਪੱਪੀ ਜਿਹੜੇ ਜਨਰਲ ਸਕੱਤਰ ਰਹੇ ਕਾਂਗਰਸ ਦੇ, ਅਤੇ ਰਵਨੀਤ ਬਿੱਟੂ ਥੋੜ੍ਹੇ ਸਮੇਂ ਤੋਂ ਪਹਿਲਾਂ ਹੀ ਕਾਂਗਰਸ ਦੇ ਸੀ, ਅਤੇ ਮੌਜੂਦਾ ਪ੍ਰਧਾਨ, ਅਤੇ ਰਣਜੀਤ ਸਿੰਘ ਢਿੱਲੋਂ ਹੁਰੀ ਵੀ ਵਿਧਾਇਕ ਰਹਿ ਚੁੱਕੇ ਆ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਆ। ਤਾਂ ਮੁਕਾਬਲਾ ਜਿਹੜਾ ਬੜਾ ਘੈਂਟ ਹੋਣ ਵਾਲਾ, ਬੜਾ ਇੱਕ ਨਾਂ ਹੋਰ ਰਹਿ ਗਿਆ, ਸਿਮਰਜੀਤ ਬੈਂਸ ਹੋਰਾਂ ਨੇ 2014 ਦੇ ਵਿੱਚ ਚੰਗੀਆਂ ਵੋਟਾਂ ਲਈਆਂ, ਅਤੇ 2019 ਦੇ ਵਿੱਚ ਤਾਂ ਕੰਪੀਟੀਸ਼ਨ ਜਿਹੜਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ ਸੀ, ਉਹ ਹਾਲਾਤ ਇਹ ਹੋ ਗਏ ਕਿ ਸਿਮਰਜੀਤ ਬੈਂਸ ਅਤੇ ਬਿੱਟੂ ਦੇ ਵਿੱਚ ਫਸਵਾਂ ਮੁਕਾਬਲਾ ਚੱਲਿਆ। ਬੈਂਸ ਦੇ ਲਈ ਸਥਿਤੀ ਪਤਾ ਨਹੀਂ ਕਿਸ ਤਰ੍ਹਾਂ ਦੀ ਬਣੀ ਹੋਈ ਹੈ, ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਬਤੌਰ BJP ਦੇ ਭਾਈਵਾਲ ਜਾਂ BJP ਵੱਲੋਂ ਉਹ ਇਲੈਕਸ਼ਨ ਲੜਨਗੇ ਲੁਧਿਆਣੇ ਤੋਂ, ਅਤੇ ਦੂਜੇ ਪਾਸੇ ਜਦ ਬਿੱਟੂ ਅਚਾਨਕ BJP ਦੇ ਵਿੱਚ ਚਲੇ ਜਾਂਦੇ ਆ, ਅਤੇ ਉਦੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਵੱਲੋਂ ਇਲੈਕਸ਼ਨ ਲੜਨਗੇ ਸਿਮਰਜੀਤ ਬੈਂਸ, ਪਰ ਰਾਜਾ ਬੜਿੰਗ ਨੂੰ ਟਿਕਟ ਦੇ ਦਿੱਤੀ ਗਈ। ਹੁਣ ਉਹ ਆਪਣੀ ਪਾਰਟੀ ਲੋਕ ਇਨਸਾਫ ਪਾਰਟੀ ਵੱਲੋਂ ਚੋਣ ਲੜਦੇ ਆ ਜਾਂ ਨਹੀਂ ਲੜਦੇ, ਕਿਉਂਕਿ ਕਈ ਪਿਛਲੀਆਂ ਥੋੜ੍ਹਾ ਸਮਾਂ ਪਹਿਲਾਂ ਉਹਨਾਂ ਨੇ BJP ਨੂੰ ਜ਼ਰੂਰ ਸਪੋਰਟ ਕੀਤੀ ਸੀ, ਅਤੇ ਮੰਨਿਆ ਜਾ ਰਿਹਾ ਸੀ ਕਿ BJP ਦੇ ਨਾਲ ਉਹ ਆ ਸਕਦੇ ਨੇ, ਪਰ ਹੁਣ ਗੱਲ ਬਣਦੀ ਦਿਖਾਈ ਦੇ ਨਹੀਂ ਰਹੀ, ਅਤੇ ਕਿਤੇ ਨਾ ਕਿਤੇ ਸਿਮਰਜੀਤ ਬੈਂਸ ਦੇ ਆਧਾਰ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਦੇ ਨਾਲ 5
ਪਾਰਟੀਆਂ ਇੱਕ ਤਰ੍ਹਾਂ ਦੇ ਨਾਲ ਉੱਥੇ ਸੰਘਰਸ਼ ਕਰਨਗੀਆਂ, ਜਿਸ ਤਰ੍ਹਾਂ ਸੰਗਰੂਰ ਹੈ, ਖਡੂਰ ਸਾਹਿਬ ਹੈ, ਲੁਧਿਆਣਾ ਹੈ, ਤਾਂ ਆਪਣੇ ਆਪ ਦੇ ਵਿੱਚ ਮੁਕਾਬਲਾ ਦਿਲਚਸਪ ਹੋਵੇਗਾ।